ਦੀ ਟੀਮ ਨੇ ਗਰਾਊਂਡ ਜ਼ੀਰੋ ਤੋਂ ਬਾਊਪਰ ਦੇ ਅੰਦਰ ਜਾ ਕੇ ਜ਼ਮੀਨੀ ਹਕੀਕਤ ਜਾਣਨ ਦੀ ਕੋਸ਼ਿਸ਼ ਕੀਤੀ। ਪਾਣੀ ਦੇ ਅੰਦਰ 4 ਤੋਂ 5 ਕਿਲੋਮੀਟਰ ਤੱਕ ਜਾ ਕੇ ਸਥਿਤੀ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਲੋਕ ਕਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਹੇ ਹਨ। ਸੋ ਬਾਊਪਰ ਦੇ ਵਿੱਚ ਹਾਲਾਤ ਬਹੁਤ ਖਰਾਬ ਹਨ। ਘਰਾਂ ਦੇ ਵਿੱਚ ਪਾਣੀ ਆਉਣ ਕਰਕੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਸੋ ਪਾਣੀ ਦਾ ਵਹਾ ਇੰਨਾ ਤੇਜ਼ ਹੈ ਕਿ ਲੋਕਾਂ ਨੂੰ ਰਾਤ ਦਾ ਸਮਾਂ ਘਰ ਦੀ ਛੱਤਾਂ ਤੇ ਵੀ ਗੁਜ਼ਾਰਨਾ ਪੈ ਰਿਹਾ। ਸੋ ਲਗਾਤਾਰ ਤੇਜ਼ ਪਾਣੀ ਦੇ ਚੱਲਦੇ ਕੁਝ ਘਰ ਪਾਣੀ ਦੇ ਤੇਜ਼ ਵਹਾ ਦੇ ਵਿੱਚ ਰੁੜ ਗਏ। ਪਿੰਡਾਂ ਦੇ ਨੌਜਵਾਨ ਹੀ ਆਪਣੇ ਬੇੜੇ ਦੇ ਨਾਲ ਲੋਕਾਂ ਦੀ ਮਦਦ ਕਰ ਰਹੇ ਹਨ। ਸੋ ਜਿਨ੍ਹਾਂ ਦੇ ਘਰ ਰੁੜ ਗਏ ਹਨ ਉਹ ਰੋ ਰਹੇ ਹਨ। ਬੱਚੇ ਆਪਣੇ ਮਾਪਿਆਂ ਸਮੇਤ ਛੱਤਾਂ ਤੇ ਸੌਣ ਦੇ ਲਈ ਮਜਬੂਰ ਹਨ। ਉਹਨਾਂ ਦੀਆਂ ਅੱਖਾਂ ਦਰਦ ਦੇ ਨਾਲ ਭਰੀਆਂ ਹੋਈਆਂ ਨੇ। ਸੋ ਬਾਊਪਰ ਤੋਂ ਗਰਾਊਂਡ ਜ਼ੀਰੋ ਰਿਪੋਰਟ ਜਿਹੜੀ ਕਿ ਇਹ ਸਾਹਮਣੇ ਆਈ ਹੈ। ਪਾਣੀ ਦੇ ਅੰਦਰ 5 ਕਿਲੋਮੀਟਰ ਤੱਕ ਜਿਹੜਾ ਕਿ ਕਾਫੀ ਜ਼ਿਆਦਾ ਜੋ ਨੁਕਸਾਨ ਹੋਇਆ ਲੋਕਾਂ ਦਾ, ਜੋ ਕਿ ਸਥਿਤੀ ਹੈ ਕਾਫੀ ਬਦ ਤੋਂ ਬਦਤਰ ਹੋ ਚੁੱਕੀ ਹੈ। ਬੱਚੇ ਰੋ ਰਹੇ ਨੇ, ਮਾਪਿਆਂ ਦੇ ਜਿਹੜੇ ਕਿ ਅੱਖਾਂ ਦੇ ਵਿੱਚ ਹੰਝੂ ਨੇ। ਬੱਚੇ ਆਪਣੇ ਮਾਪਿਆਂ ਦੇ ਨਾਲ ਛੱਤਾਂ 'ਤੇ ਸੌਣ ਨੂੰ ਮਜਬੂਰ ਹੋ ਰਹੇ ਨੇ। ਸੋ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਕਈ ਸਾਰੇ ਜਿਹੜੇ ਕਿ ਮਕਾਨ ਰੁੜ ਗਏ ਨੇ। ਸੋ ਲੋਕ ਕਾਫੀ ਪਰੇਸ਼ਾਨ ਨੇ, ਕਾਫੀ ਚਿੰਤਤ ਨੇ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਭਰ ਦੀ ਕਮਾਈ ਦੇ ਨਾਲ ਜੋ ਮਕਾਨ ਬਣਾਏ ਸੀ ਉਹ ਪਾਣੀ ਦੇ ਵਿੱਚ ਤਬਾਹ ਹੋ ਗਏ ਨੇ। ਸੋ ਮੰਜ਼ਰ ਇਹ ਤਬਾਹੀ ਜਿਹੜਾ ਕਿ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਇਸ ਵੇਲੇ। ਪੰਜਾਬ ਦੇ ਵਿੱਚ ਹੜ੍ਹ ਵਰਗੇ ਹਾਲਾਤ ਨੇ ਜਿਹੜੇ ਕਿ ਹਰ ਕਿਸੇ ਨੂੰ ਹੀ ਪਰੇਸ਼ਾਨ ਕੀਤਾ ਹੋਇਆ, ਹਰ ਕਿਸੇ ਨੂੰ ਹੀ ਚਿੰਤਾ ਦੇ ਵਿੱਚ ਡੁਬੋਇਆ ਹੋਇਆ। ਹਰ ਕਿਸੇ ਦੀਆਂ ਅੱਖਾਂ ਹੰਝੂਆਂ ਦੇ ਨਾਲ ਨਮ ਨੇ। ਘਰ ਕਣਕ ਹੀ, ਕਣਕ ਵੀ ਰੁੜ ਗਈ ਸਾਰੀ, ਹੋਰ ਪੇਟੀਆਂ ਪੂਟੀਆਂ ਜੋ ਸਮਾਨ ਸਾਰਾ ਉਹ ਵੀ ਰੁੜ ਗਿਆ। ਹਾਂਜੀ, ਪੈ ਜਾ ਕੋਈ ਨਹੀਂ ਕੁਝ ਬੱਚਾ ਇੱਦਾਂ ਭਾਅ ਜੀ, ਪਾਣੀ ਪੈ ਗਿਆ, ਆ ਗਏ ਪਹਾੜ ਪੈ ਗਿਆ ਕਿਦਮ, ਪਾਣੀ ਸਾਨੂੰ ਨਿਕਲਣ ਦਿੱਤਾ, ਪਤਾ ਨਹੀਂ ਕਰਦਾ ਨਜਾਈ ਡੱਪਾ ਕਰਦੇ ਹਾਂ, ਦਿਹਾੜੀ ਡੱਪੇ ਨਾ ਬਣਾਇਆ ਪਰਿਵਾਰ ਨਹੀਂ ਪ੍ਰਸ਼ਾਸਨ ਨੇ ਪੁੱਛਿਆ। ਹਾਲਾਤ ਜੋ ਗਰਾਊਂਡ ਜ਼ੀਰੋ ਦੇ ਦਿਖਾ ਰਹੇ ਹਾਂ ਤੁਹਾਨੂੰ, ਬਿਲਕੁਲ ਬੜੇ ਹੀ ਖਤਰਨਾਕ ਹਾਲਾਤ ਨੇ। ਜੋ ਹਾਲਾਤ ਪਾਣੀ ਦਾ, ਕਿਸ ਤਰ੍ਹਾਂ ਕਿੰਨਾ ਜ਼ਿਆਦਾ ਤੇਜ਼ ਪਾਣੀ ਹੈ, ਔਰ ਜੋ ਘਰ ਹੈ ਉਹ ਬਿਲਕੁਲ ਉਹਦੇ ਕੰਧਾਂ ਡਿੱਗ ਚੁੱਕੀਆਂ ਨੇ, ਤਰੇੜਾਂ ਆ ਚੁੱਕੀਆਂ ਨੇ ਘਰ ਦੇ ਵਿੱਚ। ਲੋਕ ਜਿਹੜੇ ਨੇ ਦੇਖੋ ਬਿਲਕੁਲ ਘਰਾਂ ਦੇ ਵਿੱਚ ਵੱਡੇ ਵੱਡੇ ਜਿਹੜੇ ਛੇਕ ਹੋ ਗਏ ਨੇ, ਔਰ ਹਾਲਾਤ ਬਹੁਤ ਖਤਰਨਾਕ ਨੇ। ਗਰਾਊਂਡ ਜ਼ੀਰੋ ਤੋਂ ਹਾਲਾਤ ਜਿਹੜੇ ਨੇ ਲਗਾਤਾਰ ਖਤਰਨਾਕ ਨੇ। ਸਰਕਾਰ ਚਾਹੇ ਕਹੀ ਜਾ ਰਹੀ ਹੈ ਕਿ ਸਭ ਕੁਝ ਠੀਕ ਹੈ, ਲੇਕਿਨ ਇੱਥੇ ਦੇ ਹਾਲਾਤ ਦੇਖ ਕੇ ਲੱਗਦਾ ਨਹੀਂ ਕਿ ਸਭ ਕੁਝ ਠੀਕ ਹੈ। ਹਾਲਾਤ ਗਰਾਊਂਡ ਜ਼ੀਰੋ ਤੋਂ ਬਹੁਤ ਹੀ ਖਤਰਨਾਕ ਨੇ। ਇਸ ਵਕਤ ਅਸੀਂ ਬਾਊਪੁਰ ਦੇ ਏਰੀਏ ਦੇ ਵਿੱਚ, ਔਰ ਬਾਊਪੁਰ ਦਾ ਏਰੀਆ ਅਸੀਂ ਸਾਰਾ ਕਵਰ ਕਰ ਰਹੇ ਨੇ। ਇੱਥੇ ਮੀਡੀਆ ਕਰਮੀ ਜਿਹੜੇ ਨੇ ਸਾਰੇ ਬੋਰਡ 'ਤੇ ਮੌਜੂਦ ਨੇ, ਔਰ ਹਾਲਾਤ ਨੂੰ ਦੇਖਦੇ ਹੋਏ ਦੇਖੋ ਪਾਣੀ ਦਾ ਜਿਹੜਾ ਛੱਲਾਂ ਨੇ, ਪਾਣੀ ਦੀਆਂ ਛੱਲਾਂ ਬੜੀ ਦੂਰ ਛੱਲਾਂ ਚੱਲ ਰਹੀਆਂ ਨੇ, ਔਰ ਹਾਲਾਤ ਜੋ ਨੇ ਘਰ ਦੇ, ਉਹ ਘਰਾਂ ਦੇ ਹਾਲਾਤ ਦੇਖਣ ਨੂੰ ਬਹੁਤ ਹੀ ਬੁਰੇ ਹਾਲਾਤ ਨੇ। ਸਰਕਾਰ ਕਿੱਥੇ ਹੈ ਇਹ ਲੋਕ ਬਾਰ ਬਾਰ ਕਹਿ ਰਹੇ ਨੇ, ਪ੍ਰਸ਼ਾਸਨ ਕਿੱਥੇ ਹੈ ਬਾਰ ਬਾਰ ਲੋਕ ਕਹਿ ਰਹੇ ਨੇ। ਲੰਗਰ ਰੋਟੀ ਭੋਜਨ ਲੰਗਰ ਪ੍ਰਸ਼ਾਦੇ ਸਭ ਜਿਹੜੇ ਨੇ ਉਹ ਇਹ ਸੰਤਾਂ ਵੱਲੋਂ ਦਿੱਤੇ ਜਾ ਰਹੇ ਨੇ, ਜਿਨ੍ਹਾਂ ਨਾਲ ਅਸੀਂ ਇਸ ਵੱਲ ਮੌਜੂਦ ਹਾਂ। ਬਾਊਪੁਰ ਦੇ ਵਿੱਚ ਬਾਊਪੁਰ ਦੇ ਘਰ ਦੇ ਹਾਲਾਤ ਕਾਫੀ ਬੁਰੇ ਨੇ, ਔਰ ਬਹੁਤ ਹੀ ਬੁਰਾ ਹਾਲਾਤ ਇਸ ਵੇਲੇ। ਬੋਰਡ ਦੇ ਵਿੱਚ ਅਸੀਂ ਮੌਜੂਦ ਹਾਂ, ਸਾਰੀ ਟੀਮ ਹੈ, ਸੰਤ ਨੇ, ਹਾਲਾਤ ਜਿਹੜੇ ਨੇ ਹਾਲਾਤ ਦੇਖਣ ਵਾਲੇ ਨੇ, ਜੋ ਹਾਲਾਤ ਇਸ ਵਕਤ ਨੇ ਘਰ ਦੇ ਵਿੱਚ ਇਸ ਵਕਤ ਜੋ ਲੋਕ ਮੌਜੂਦ ਨੇ, ਘਰ ਜਿਹੜਾ ਵਾ ਉਹ ਬੁਰਾ ਹਾਲ ਆ, ਇਹ ਘਰ ਜਿਹੜਾ ਗਿਰ ਚੁੱਕਾ ਹੈ, ਔਰ ਘਰ ਦੇ ਵਿੱਚ ਕੁਛ ਲੋਕ ਜਿਹੜੇ ਨੇ ਰੁਕੇ ਹੋਏ ਨੇ ਹਜੇ ਵੀ, ਕਾਰਡੀਗਨ ਦੇ ਬਾਵਜੂਦ ਵੀ ਕੁਛ ਲੋਕ ਇੱਥੇ ਰੁਕੇ ਹੋਏ ਨੇ, ਜੋ ਨੇ ਕਾਫੀ ਖਤਰਨਾਕ ਨੇ। ਇਸ ਵਕਤ ਪਹਿਲਾਂ ਇੱਕ ਘਰ ਗਿਰਿਆ ਸੀਗਾ ਬਾਊਪੁਰ ਦੇ ਵਿੱਚ, ਅੱਜ ਜੋ ਹੈ ਇਹ ਦੂਸਰਾ ਘਰ ਵੀ ਗਿਰ ਗਿਆ, ਔਰ ਘਰ ਦੀ ਸਾਰਾ ਕੁਛ ਸਮਾਨ ਔਰ ਜਿੰਨਾ ਵੀ ਰਸਤਾ ਸਮਾਨ ਗਿਰ ਚੁੱਕਾ ਹੈ। ਘਰ ਦਾ ਮਾਲਕ ਦਾ ਰੋ ਰੋ ਕੇ ਬੁਰਾ ਹਾਲ ਹੈ। ਇਸ ਵਕਤ ਮੌਜੂਦ ਹਾਂ ਅਸੀਂ ਬਾਊਪੁਰ ਦੇ ਏਰੀਏ ਦੇ ਵਿੱਚ, ਜਿੱਥੇ ਹਾਲਾਤ ਕਾਫੀ ਗੰਭੀਰ ਨੇ, ਪਾਣੀ ਜਿਹੜਾ ਛੱਲਾਂ ਮਾਰ ਰਿਹਾ ਹੈ, ਔਰ ਘਰ ਜਿਹੜਾ ਬਹੁਤ ਬੁਰੀ ਤਰ੍ਹਾਂ ਗਿਰ ਚੁੱਕਾ ਹੈ। ਬਾਊਪੁਰ ਦਾ ਇਹ ਘਰ ਆ ਜਿਹੜਾ ਕਿ ਦੂਸਰਾ ਘਰ ਹੈ ਜਿਹੜਾ ਅੱਜ ਗਿਰਿਆ ਹੈ, ਔਰ ਪਾਣੀ ਬਹੁਤ ਤੇਜ਼ ਹੈ। ਹਾਲਾਤ ਗਰਾਊਂਡ ਜ਼ੀਰੋ ਤੋਂ, ਕੈਮਰਾਮੈਨ ਪ੍ਰਿੰਸ ਦੇ ਨਾਲ ਸੁਕੇਤ।